सारे गामा कारवां पंजाबी। सत श्री अकाल जी, तुसी सुन रहे हो कारवां क्लासिक रेडियो शो सारे गामा पंजाबी यूट्यूब चैनल ते खुशबू दे नाल। किसे भी कहानी विच एक सूत्रधार हुंदा है जो उस दे सारे हिस्सियां नू नाल पिरो के सांझा रख के उन्हां नू बुंदा है। ऐसे तरह संगीत विच ए अहम रोल हुंदा है म्यूजिक डायरेक्टर दा। तुसी समझ ही गए होवोगे कि आज दा एपिसोड पंजाबी संगीत दे मन्ने हुए एक संगीतकार ते बेस्ड है। जी हाँ, के पन्ना लाल जी, जिन्होंने अपनी कला नाल कई सुनहरे गीतां नू पिरोया ते एस इंडस्ट्री नू सदा बहार ते अनमुल्ले गीत दिते। अज आपां उन्हां सब गीतां बारे गल करांगे जिन्हां नू उन्हां ने अपने सुरां दे जादू नाल छोया। शुरुआत करांगे शिव कुमार बटालवी साहब दे लिखे ते पंजाब दी कोयल यानी सुरिंदर कौर जी दे गाए गीत नाल एक मेरी अख काशनी। एहो जा गीत जो पंजाबी संगीत दी ओ कड़ी है जिस नाल हर स्रोता जुड़िया महसूस करता है। तुसी आनंद माणो, मुड़ के गल्लां जारी रखांगे। तुसी सुन रहे हो कारवां क्लासिक रेडियो शो खुशबू दे नाल। अख काशनी नीक मेरी अख काशनी, दूजा रात दे नींदर ने मारिया शीशे नु तरेड़ पै गई बाल बौंदी ने ध्यान जदों मारिया। नीक मेरी अख काशनी इक मेरी सस नी बुरी पैड़ी रोई देख करता काली गले कथे वीर पुन दी नित देवे मेरे मापिया नु गाली। नी केड़ा उस चंदरी दा नी केड़ा उस चंदरी दा नी मैं लाचियां दा बाग उजाड़िया। नीक मेरी अख काशनी दूजा रात दे नींदरे ने मारिया इक मेरी अख काशनी। दूजा मेरा द्योर निकला दूजा मेरा द्योर निकला पैड़ा गोरिया रन्ना दा शौकी टुक टुक नेड़े बैठदा रख सामने रंगीली चौकी। नी ऐसे गल तो डर दी नी ऐसे गल तो डर दी अजे तीक भी ना कुंड नू उतारिया। नीक मेरी अख काशनी दूजा रात दे नींदरे ने मारिया इक मेरी अख काशनी। तीजा मेरा कंत मेरा कंत जिवे रात चाननी च दुध दा कटोरा टिकड़े संधूरी रंग दा ओदे नैना च गुलाबी डोरा। नी इको गल माड़ी ओस्ती नी इको गल माड़ी ओस्ती लाई लगनू है मां ने बगाड़िया। नीक मेरी अख काशनी दूजा रात दे नींदरे ने मारिया शीशे नु तरेड़ पै गई बाल बौंदी ने ध्यान जदों मारिया। नीक मेरी अख काशनी। अखियां
ਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਇਨ੍ਹਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਬੁੱਢੀਆਂ ਚ ਨਾ ਤੇਰਾ ਅੱਖੀਆਂ ਚ ਤੂੰ ਵੇ ਅੱਖੀਆਂ ਚ ਤੂੰ ਵੇ ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ ਹਾਸਿਆਂ ਚ ਤੂੰ ਹੱਸਦਾ ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ ਹਾਸਿਆਂ ਚ ਤੂੰ ਹੱਸਦਾ ਵਾਟਾਂ ਚੰਨਾ ਨੇੜੇ ਨੇੜੇ ਆਇਆ ਤੂੰ ਅੱਖੀਆਂ ਦੇ ਰਾਹੀਂ ਆ ਕੇ ਦਿਲ ਚ ਸਮਾਇਆ ਤੂੰ ਦਿਲ ਚ ਸਮਾਇਆ ਤੂੰ ਜਦੋਂ ਪੁੱਛਣੀਆਂ ਪਿਆਰ ਦੀਆਂ ਗੱਲਾਂ ਵੇ ਹੌਲੀ ਹੌਲੀ ਤੂੰ ਦੱਸਦਾ ਇਨ੍ਹਾਂ ਅੱਖੀਆਂ ਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਮਸਾਂ ਮਸਾਂ ਜਿੰਦੜੀ ਮੈਂ ਪਿਆਰ ਵਿੱਚ ਰੰਗੀ ਵੇ ਮਸਾਂ ਜਿੰਦੜੀ ਮੈਂ ਪਿਆਰ ਵਿੱਚ ਰੰਗੀ ਵੇ ਅੱਜ ਮੈਨੂੰ ਜਾਪਦਾ ਮੈਂ ਤੇਰੇ ਨਾਲ ਮੰਗੀ ਵੇ ਤੇਰੇ ਨਾਲ ਮੰਗੀ ਵੇ ਅੱਜ ਖੁਸ਼ੀਆਂ ਦਾ ਹੋ ਗਿਆ ਸਵੇਰਾ ਵੇ ਗਮ ਸਾਥੋਂ ਦੂਰ ਨੱਸਦਾ ਇਨ੍ਹਾਂ ਅੱਖੀਆਂ ਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਇਨ੍ਹਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ ਇਨ੍ਹਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਵੇ ਅੱਖੀਆਂ ਚ ਤੂੰ ਵਸਦਾ ਓਏ ਅੱਖੀਆਂ ਚ ਤੂੰ ਵਸਦਾ। ਕਾਰਵਾਂ ਕਲਾਸਿਕ ਦੇ ਐਪੀਸੋਡਸ ਤੁਸੀਂ ਆਫਲਾਈਨ ਵੀ ਕਰ ਸਕਦੇ ਹੋ ਤਾਂ ਜੋ ਤੁਸੀਂ ਇਹਨਾਂ ਨੂੰ ਕਦੀ ਵੀ ਕਿਤੇ ਵੀ ਸੁਣ ਸਕੋ ਤੇ ਇੰਜੋਏ ਕਰ ਸਕੋ। ਇੱਕ ਤਾਰਾ ਵੱਜਦਾ ਨੀ ਹੀਰੀਏ ਨੂਰ ਮਹਿਲ ਦੀ ਮੋਰੀ ਗਜ਼ਲ
ਲੰਮੇ ਵਾਲ ਤੇਰੇ ਕਣਕੋਰ ਕਟਾਵਾਂ ਲੱਗਦੇ ਸੂਰਜ ਸਾਵੇਂ ਅੰਗ ਤੇਰੇ ਅੰਗਿਆਰਾਂ ਵਾਂਗੂੰ ਲੱਗਦੇ ਤਾਰਾ ਵਜਦਾ ਨੀ ਹੀਰੀਏ ਨੂਰ ਮਹਿਲ ਦੀ ਮੋਰੀ ਇੱਕ ਤਾਰਾ ਵਜਦਾ ਨੀ ਹੀਰੀਏ ਨੂਰ ਮਹਿਲ ਦੀ ਮੋਰੀ ਮੈਂ ਚੰਦ ਚੌਧਵੀ ਦਾ ਪਟਕ ਗਈ ਤੂੰ ਅਣਜਾਣ ਚਪੂਰੀ ਸਾਥ ਹੈ ਏਦਾਂ ਸਾਰੀ ਦੁਨੀਆ ਕਹਿੰਦੀ ਜਿੱਦਾਂ ਬਿਜਲੀ ਕਾਲੇ ਬੱਦਲ ਦੀ ਬੁੱਕਲ ਦੇ ਵਿੱਚ ਰਹਿੰਦੀ ਕੋਈ ਪੇਸ਼ ਨਾ ਚੱਲਦੀ ਏ ਕਿਸੇ ਦੀ ਜਾਂਦੇ ਦੇ ਹੱਥ ਜੋੜੀ ਇੱਕ ਤਾਰਾ ਵਜਦਾ ਨੀ ਹੀਰੀਏ ਨੂਰ ਮਹਿਲ ਦੀ ਮੋਰੀ ਇੱਕ ਤਾਰਾ ਵਜਦਾ ਨੀ ਹੀਰੀਏ ਨੂਰ ਮਹਿਲ ਦੀ ਮੋਰੀ ਵਿੱਚ ਟਲ ਜਾਊਗੀ ਜਵਾਨੀ ਦੇ ਕੇ ਹੱਥ ਡੰਗੋਰੀ ਕਟਮਾਨ ਮਰਾੜਾਂ ਦਾ ਟੂੜਦਾ ਮਿੰਟਾਂ ਵਿੱਚ ਸਟੋਰੀ ਕਟਮਾਨ ਮਰਾੜਾਂ ਦਾ ਟੂੜਦਾ ਮਿੰਟਾਂ ਵਿੱਚ ਸਟੋਰੀ ਤੁਸੀਂ ਸੁਣਿਆ ਮੁਹੰਮਦ ਸਦੀਕ ਤੇ ਰਣਜੀਤ ਕੌਰ ਜੀ ਦਾ ਗਾਇਆ ਗੀਤ ਕਾਰਵਾਂ ਕਲਾਸਿਕ ਰੇਡੀਓ ਸ਼ੋ ਤੇ ਖੁਸ਼ਬੂ ਦੇ ਨਾਲ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਸੁਰਿੰਦਰ ਕੌਰ ਜੀ ਦੇ ਗੀਤ ਨਾਲ ਤੇ ਕੇ ਪੰਨਾ ਲਾਲ ਜੀ ਦੇ ਗੀਤਾਂ ਦੀ ਲੜੀ ਵਿੱਚ ਅਗਲਾ ਨਾਮ ਹੈ ਉਹਨਾਂ ਦੇ ਹੀ ਵੱਡੇ ਭੈਣ ਤੇ ਗ੍ਰਾਮਾਫੋਨ ਜ਼ਮਾਨੇ ਦੇ ਬਹੁਤ ਪ੍ਰਸਿੱਧ ਗਾਇਕਾ ਪ੍ਰਕਾਸ਼ ਕੌਰ ਜੀ ਦਾ ਜਿਨ੍ਹਾਂ ਨੇ ਮੁੱਖ ਤੌਰ ਤੇ ਪੰਜਾਬੀ ਲੋਕ ਗੀਤ ਹੀ ਗਾਏ ਜਿਸ ਵਿੱਚ ਇਹਨਾਂ ਨੇ ਨਾ ਸਿਰਫ ਗਾਵਨ ਵਿੱਚ ਆਪਣਾ ਯੋਗਦਾਨ ਦਿੱਤਾ ਬਲਕਿ ਇਸ ਕੈਟੇਗਰੀ ਜਾਂ ਜੌਨਰਾ ਨੂੰ ਵਾਧਾ ਦਿੱਤਾ ਤੇ ਇਸ ਨੂੰ ਲੋਕਾਂ ਦੇ ਦਿਲਾਂ ਦਾ ਨੇੜ ਵੀ ਮਿਲਿਆ ਗਾਉਣ ਦਾ ਸ਼ੌਕ ਤਾਂ ਬਚਪਨ ਤੋਂ ਹੀ ਸੀ ਇਹਨਾਂ ਨੂੰ ਤੇ ਇਸ ਨੂੰ ਪੂਰਾ ਕਰਨ ਲਈ ਇਹ ਲੁਕ ਛਿਪ ਕੇ ਲੇਡੀਜ਼ ਸੰਗੀਤ ਵਿੱਚ ਜਾਂਦੇ ਸੀ ਇਹ ਤਾਂ ਗੱਲ ਹੋਈ ਚੋਰੀ ਛਿਪੇ ਜਾਣ ਦੀ ਪਰ ਉਹ ਟਾਈਮ ਵੀ ਆਇਆ ਜਦ ਉਹਨਾਂ ਲੇਡੀਜ਼ ਸੰਗੀਤਾਂ ਵਿੱਚ ਇਹਨਾਂ ਦੇ ਹੀ ਗੀਤ ਗਾਏ ਜਾਣ ਲੱਗੇ ਤੇ ਅੱਜ ਵੀ ਸਭ ਦੇ ਮਨ ਪਾਉਂਦੇ ਹਨ ਪੇਸ਼ ਹੈ ਆਰੀ ਵੇ ਆਰੀ ਤੁਸੀਂ ਸੁਣੋ ਮੈਂ ਹੁਣੇ ਆਈ ਕਾਰਵਾਂ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ ਮਹੀਨਾ ਸਾਨੂੰ ਸੌਣ ਦੇ ਸਲੇਟੀਏ ਜ਼ੋਰ ਨਵਕਾਏ ਮੇਰਾ ਜੇਦੀ ਰੰਗੇਟੀਏ ਜ਼ੋਰ ਨਵਕਾਏ ਮੇਰਾ ਜੇਦੀ ਰੰਗੇਟੀਏ ਹੀਰੇ ਮੇਰੇ ਉੱਤੇ ਪਾ ਦੇਨੀ ਦਿਨ ਨੂੰ ਤੂੰ ਇੱਕ ਵਾਰੀ ਰਾਤ ਬਣਾ ਦੇਨੀ ਸੁਣ ਗੋਰੀਏ ਸੁਣ ਹੀਰੀਏ ਉਹ ਰਾਤ ਬਣਾ ਦੇਨੀ ਮੰਨੀਏ
ਦੋਸਤਾਂ ਤੇ ਪਰਿਵਾਰ ਨਾਲ ਜ਼ਰੂਰ ਸ਼ੇਅਰ ਕਰਿਓ। ਬੋਲੇ
ਸਾਡੋ ਪਰਦੇ ਸਣ ਹੋਈ ਓ ਬਾਬਲ ਤੇਰੇ ਮੈਲਾਂ ਵਿੱਚੋਂ ਤੇਰੀ ਲਾਡੋ ਪਰਦੇ ਸਣ ਹੋਈ ਪਾਪੀਆਂ ਨੇ ਡੋਲਾ ਟੋਲ ਕੇ ਕੱਚਾ ਦੁੱਧ ਪੀਤਾ ਓਏ ਨਾ ਸਕੀਆਂ ਪਾਪੀਆਂ ਨੇ ਡੋਲਾ ਟੋਲ ਕੇ ਕੱਚਾ ਦੁੱਧ ਪੀਤਾ ਹੈ ਚੁਬਾਰੇ ਦੀਆਂ ਹਲੀਆਂ ਓ ਮਾਵਾਂ ਧੀਆਂ ਮਿਲਣ ਲੱਗੀਆਂ ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹਲੀਆਂ ਹੈ। ਤੁਸੀਂ ਸੁਣ ਰਹੇ ਹੋ ਕਾਰਵਾਂ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। ਅੱਜ ਸਾਡੇ ਸ਼ੋਅ ਵਿੱਚ ਕੇ ਪੰਨਾਲਾਲ ਜੀ ਦੇ ਸਿਰਜੇ ਗੀਤਾਂ ਵਿੱਚ ਸੁਰਿੰਦਰ ਕੌਰ ਜੀ ਦੀ ਮੁੱਖ ਭੂਮਿਕਾ ਜ਼ਰੂਰ ਹੈ। ਸਮਕਾਲੀ ਪੰਜਾਬੀ ਸਿੰਗਰਸ ਚੋਂ ਇਹਨਾਂ ਦੇ ਤੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਤੋਂ ਇਲਾਵਾ ਸ਼ਾਇਦ ਹੀ ਕੋਈ ਹੋਵੇ ਜਿਸ ਨੇ ਇੰਡੀਅਨ ਮਿਊਜ਼ੀਕਲ ਸਕੇਲ ਦੀ ਇਸ ਪੱਧਰ ਦੀ ਮਾਸਟਰੀ ਕੀਤੀ ਹੋਵੇ। ਤੇ ਤੁਹਾਨੂੰ ਪਤਾ ਹੈ ਉਹਨਾਂ ਨੇ ਕਿਸ ਉਮਰ 'ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ? 1943 ਉਮਰ ਨਹੀਂ ਸਨ, 1943 ਵਿੱਚ ਸੁਰਿੰਦਰ ਕੌਰ ਜੀ ਜਮਾਂ 13 ਸਾਲ ਦੇ ਸਨ ਜਦ ਉਹਨਾਂ ਨੇ ਲਾਹੌਰ ਰੇਡੀਓ ਤੇ ਆਪਣੀ ਪਹਿਲੀ ਲਾਈਵ ਪਰਫਾਰਮੈਂਸ ਦਿੱਤੀ। ਅੱਜ ਦੀ ਪਲੇਲਿਸਟ ਵਿੱਚ ਅਗਲਾ ਗੀਤ ਉਹਨਾਂ ਦਾ ਹੀ ਗਾਇਆ ਹੈ, ਇੱਕ ਵਾਰੀ ਆਜਾ ਹਾਣੀਆਂ, ਜੋ ਕਿ ਇੱਕ ਲੋਕ ਗੀਤ ਹੈ ਜੋ ਸਬੂਤ ਹੈ ਕਿ ਇੱਕ ਗੁਣੀ ਮਿਊਜ਼ਿਕ ਡਾਇਰੈਕਟਰ ਤੇ ਸੁਰੀਲੀ ਆਵਾਜ਼ ਨਾ ਲਾਉਣ ਤਾਂ ਪ੍ਰਮਾਣ ਵਿੱਚ ਇੱਕ ਨਾਯਾਬ ਪੇਸ਼ਕਸ਼ ਜ਼ਰੂਰ ਮਿਲਦੀ ਹੈ। ਤੁਸੀਂ ਸੁਣੋ ਗੀਤਾਂ ਦਾ ਇਹ ਕਾਰਵਾਂ, ਆਪਾਂ ਜਾਰੀ ਰੱਖਾਂਗੇ ਕਾਰਵਾਂ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। ਇੱਕ ਵਾਰੀ ਆ ਜਹਾਣੀਆਂ ਕਿੰਨੂੰ ਦਿਲ ਦੀਆਂ ਖੋਲ ਸੁਣਾਵਾਂ ਵੇ, ਇੱਕ ਵਾਰੀ ਆ ਜਹਾਣੀਆਂ ਵੇ, ਇੱਕ ਵਾਰੀ ਆ ਜਹਾਣੀਆਂ ਵੇ, ਇੱਕ ਵਾਰੀ ਆ ਜਹਾਣੀਆਂ ਲੱਖਾਂ ਕਰਕੇ ਬਹਾਨੇ ਕਰੋ ਨਿਕਲੀ, ਗੁੱਤ ਫੁੜ ਕੇ ਪਰਾਂ ਦਾ ਪਾਵੇ ਕਿਕਲੀ, ਲੱਖਾਂ ਕਰਕੇ ਬਹਾਨੇ ਕਰੋ ਨਿਕਲੀ, ਕੱਲੀ ਪਿੰਗ ਦੇ ਹੁਲਾਰੇ ਨਾਲ ਗਾਵਾਂ ਵੇ, ਇੱਕ ਵਾਰੀ ਆ ਜਹਾਣੀਆਂ ਵੇ, ਇੱਕ ਵਾਰੀ ਆ ਜਾ ਸੋਹਣਿਆ ਵੇ, ਇੱਕ ਵਾਰੀ ਆ ਜਹਾਣੀਆਂ ਗੋਰੀ ਵੀਣੀ ਉੱਤੇ ਵੰਗਾਂ ਸੱਤ ਰੰਗੀਆਂ, ਭਾਵੇਂ ਚੰਗੀਆਂ ਟੋਲਾ ਵੇ ਭਾਵੇਂ ਮੰਦੀਆਂ, ਗੋਰੀ ਵੀਣੀ ਉੱਤੇ ਵੰਗਾਂ ਸੱਤ ਰੰਗੀਆਂ, ਭਾਵੇਂ ਚੰਗੀਆਂ ਟੋਲਾ ਵੇ ਭਾਵੇਂ ਮੰਦੀਆਂ, ਤੇਰੀ ਦੀਦ ਦੀਆਂ ਸੁੱਖੀਆਂ ਨਿਗਾਵਾਂ
वे इक वरिया जहानिया वे इक वरिया जहानिया वे इक वरिया जहानिया सपनी कलावा मारे लखनू लोकी वेखदे बुलांदे मले सखनू बावा गोरियां च मुखड़ा लुकावा वे इक वरिया जहानिया वे इक वरिया जहानिया वे इक वरिया जहानिया पतन चना दा यार लंग आजा पतन चना दा सिर सदका मैं जावा तेरे ना दा यार लंग आजा पतन चना दा लंग आजा पतन चना दा यार लंग आजा पतन चना दा बने रे उत्ते बोलिया मेरा तत्तड़ी दा जूड़ा डोलिया यार वे मैं मंदड़ा बोल ना बोलिया वे मैं मंदड़ा बोल ना बोलिया यार लंग आ जा पतन चना दा ठा माही आवदा हाथ कंगना ते बाही लटकावदा यार सानू रमजान नाल बुलावदा सानू रमजान नाल बुलावदा यार लंग आ जा पतन जनादा चाहे मंदियां चाहे चंगियां ते चाहे मंदियां यार लंग आ जा पतन चना दा मैं सुती सा दुपट्टा तान के उठ चले आए मौजा मान के ओ यार मेरी खबर ना लेती वे तू आन के मेरी खबर ना लेती वे तू आन के ओ यार लंग आ जा पतन चना दा लंग आ जा पतन चना दा यार लंग आ जा पतन चना दा हर हफ्ते असी कारवा क्लासिक दा एक नवा एपिसोड पेश करने हां सिर्फ तो हाड़े लई लोकी पूजन रब मैं तेरा बिरहड़ा लोकी पूजन रब पूजन रब मैं तेरा बिरहड़ा लोकी पूजन रब वे सानू सोम क्या दा हज
ਕਾਰਵਾਂ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਤੇ ਗੱਲ ਕਰਦੇ ਹਾਂ ਕਿ ਪੰਨਾ ਲਾਲ ਜੀ ਦੇ ਦਿੱਤੇ ਸੰਗੀਤ ਨਾਲ ਜੁੜੇ ਦੋ ਹੋਰ ਗਾਇਕਾਂ ਬਾਰੇ। ਉਹ ਜੋੜੀ ਜਿਨ੍ਹਾਂ ਨੇ ਨਾਲ ਸਿਰਫ ਗਾਣਾ ਨਹੀਂ ਗਾਇਆ ਬਲਕਿ ਇੱਕ ਪੱਧਰ ਤੈਅ ਕੀਤਾ। ਇਸ ਜੋੜੀ ਨੇ ਇਕੱਠੇ 33 ਸਾਲ ਕੰਮ ਕੀਤਾ, ਮੁਹੰਮਦ ਸਦੀਕ ਤੇ ਰਣਜੀਤ ਕੌਰ। ਰਣਜੀਤ ਕੌਰ ਜੀ ਨੇ ਸੰਗੀਤ ਦੀ ਸ਼ੁਰੂਆਤ ਤਾਂ ਰੋਜ਼ੀ ਰੋਟੀ ਦੀ ਜ਼ਰੂਰਤ ਪੂਰੀ ਕਰਨ ਲਈ ਕੀਤੀ ਸੀ, ਪਰ ਇਸ ਸਫ਼ਰ ਤੇ ਚਲਦੇ ਚਲਦੇ ਕਈ ਕਮਾਲ ਦੇ ਗੀਤ ਸਾਡੀ ਚੋਲੀ ਪਾਏ। ਸੰਗੀਤ ਦੇ ਖੇਤਰ ਵਿੱਚ ਉਹਨਾਂ ਦੀ ਕੋਈ ਫਾਰਮਲ ਟ੍ਰੇਨਿੰਗ ਨਹੀਂ ਰਹੀ। ਸਕੂਲ ਵਿੱਚ ਸ਼ੌਕੀਆ ਗਾਉਂਦੇ ਗਾਉਂਦੇ ਉਹਨਾਂ ਨੇ ਕਲਚਰਲ ਪ੍ਰੋਗਰਾਮਸ ਵਿੱਚ ਗਾਉਣਾ ਸ਼ੁਰੂ ਕੀਤਾ ਤੇ ਫਿਰ ਮਿਲਾ ਉਹਨਾਂ ਨੂੰ ਇੱਕ ਉਸਤਾਦ ਦਾ ਸਾਥ। ਫਿਰ ਜਦ ਸਟੇਜ ਤੇ ਗਾਉਣਾ ਸ਼ੁਰੂ ਕੀਤਾ ਤਾਂ ਸਦੀਕ ਸਾਹਿਬ ਦੇ ਨਾਲ ਗਾਉਂਦੇ ਗਾਉਂਦੇ ਉਹਨਾਂ ਨੂੰ ਸੰਗੀਤ ਦੀ ਬਹੁਤ ਤਾਲੀਮ ਮਿਲੀ।
ਹੁਣ ਪੇਸ਼ ਹਨ ਉਹਨਾਂ ਦੀ ਗਾਈ ਬੋਲੀਆਂ। ਤੁਸੀਂ ਸੁਣ ਰਹੇ ਹੋ ਕਾਰਵਾਂ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। ਓ ਬਈ ਬਾਰੀ ਬਰਸੀ ਖੱਟਣ ਗਿਆ ਸੀ, ਵੇ ਕੀ ਖੱਟ ਲਿਆਂਦਾ? ਤੇ ਖੱਟ ਕੇ ਲਿਆਂਦੀਆਂ ਢਾਈਆਂ, ਓ ਲੰਘ ਗਈ ਤੂੰ ਪੈਰ ਦੱਬ ਕੇ। ਹਾਏ ਹਾਏ, ਨੀ ਲੰਘ ਗਈ ਤੂੰ ਪੈਰ ਦੱਬ ਕੇ ਕਿਹੜੇ ਕੰਮ ਨੂੰ ਚਾਂਜਰਾ ਪਾਈਆਂ, ਲੰਘ ਗਈ ਤੂੰ ਪੈਰ ਦੱਬ ਕੇ ਕਿਹੜੇ ਕੰਮ ਨੂੰ ਚਾਂਜਰਾ ਪਾਈਆਂ, ਨੀ ਲੰਘ ਗਈ ਤੂੰ ਪੈਰ ਦੱਬ ਕੇ। ਓ ਬਾਰੀ ਬਰਸੀ ਖੱਟਣ ਗਿਆ ਸੀ, ਹਾਏ ਕੀ ਖੱਟ ਲਿਆਂਦਾ? ਤੇ ਖੱਟ ਕੇ ਲਿਆਂਦੇ ਪੇੜੇ। ਹਾਏ ਅੱਛਾ ਅੱਛਾ, ਤੇਰੀ ਮੇਰੀ ਅੱਖ ਨਾ ਲੜੇ। ਹਾਏ ਵੇ ਤੇਰੀ ਮੇਰੀ ਅੱਖ ਨਾ ਲੜੇ, ਤੁਹਾਨੂੰ ਮਾਰਦੇ ਬਸ਼ਰਮਾ ਗੇਰੇ। ਵੇ ਤੇਰੀ ਮੇਰੀ ਅੱਖ ਨਾ ਲੜੇ, ਤੁਹਾਨੂੰ ਮਾਰਦੇ ਬਸ਼ਰਮਾ ਗੇਰੇ। ਵੇ ਤੇਰੀ ਮੇਰੀ ਅੱਖ ਨਾ ਲੜੇ। ਓ ਬਈ ਬਾਰੀ ਬਰਸੀ ਖੱਟਣ ਗਿਆ ਸੀ, ਵੇ ਕੀ ਖੱਟ ਲਿਆਂਦਾ? ਤੇ ਖੱਟ ਕੇ ਲਿਆਂਦੀ ਥਾਲੀ, ਨੀ ਛੜਿਆਂ ਦਾ ਦੁੱਧ ਉਬਲੇ। ਛੜਿਆਂ ਦਾ ਦੁੱਧ ਉਬਲੇ ਛਿੱਟਾ ਦੇਗੀ ਚਾਂਜਰਾ ਵਾਲੀ, ਛੜਿਆਂ ਦਾ ਦੁੱਧ ਉਬਲੇ ਛਿੱਟਾ ਦੇਗੀ ਚਾਂਜਰਾ ਵਾਲੀ, ਛੜਿਆਂ ਦਾ ਦੁੱਧ ਉਬਲੇ। ਉਹ ਵੀ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਵੀ ਆਇਆ ਕਿ ਮੁੜ ਕੇ ਆਇਆ? ਨਹੀਂ, ਖੱਟ ਕੇ ਲਿਆਇਆ ਤਾਲੇ। ਮੈਂ ਹਾਕਾ ਮਾਰਾ ਵੱਟ ਤੇ ਖੜੀ, ਮੈਂ ਹਾਕਾ ਮਾਰਾ ਵੱਟ ਤੇ ਖੜੀ, ਪੈਰ ਮੱਚ ਕੇ ਪੰਜੇ ਪਾ ਵਾਲੇ। ਮੈਂ ਹਾਕਾ ਮਾਰਾ ਵੱਟ ਤੇ ਖੜੀ, ਪੈਰ ਮੱਚ ਕੇ ਪੰਜੇ ਪਾ ਵਾਲੇ। ਮੈਂ ਹਾਕਾ ਮਾਰਾ ਵੱਟ ਤੇ ਖੜੀ। ਓ ਬਈ ਬਾਰੀ ਬਰਸੀ ਖੱਟਣ ਗਿਆ ਸੀ, ਵੇ ਕੀ ਖੱਟ ਲਿਆਂਦਾ? ਤੇ ਖੱਟ ਕੇ ਲਿਆਂਦੀ ਤਿਤਲੀ, ਉਹ ਕੁੜਤੀ ਚੋ ਅੱਗ ਸਿਮਦੀ। ਨੀ ਕੁੜਤੀ ਚੋ ਅੱਗ ਸਿਮਦੀ, ਜੱਟੀ ਬਣ ਕੇ ਸਰੋਂ ਦਾ ਫੁੱਲ ਨਿਕਲੀ। ਕੁੜਤੀ ਚੋ ਅੱਗ ਸਿਮਦੀ, ਜੱਟੀ ਬਣ ਕੇ ਸਰੋਂ ਦਾ ਫੁੱਲ ਨਿਕਲੀ, ਉਹ ਕੁੜਤੀ ਚੋ ਅੱਗ ਸਿਮਦੀ। ਉਹ ਬਾਰੀ ਬਰਸੀ ਖੱਟਣ ਗਿਆ ਸੀ, ਕੀ ਖੱਟ ਲਿਆਂਦਾ? ਤੇ ਖੱਟ ਕੇ ਲਿਆਂਦੀਆਂ ਤਾਈਆਂ, ਮਰਾੜਾ ਦੇ ਮਲੰਗ ਬਾਣੀਏ ਸਾਨੂੰ ਜੰਗ ਹਰਣਾ ਨਾ ਚਾਹੀਆਂ। ਮਰਾੜਾ ਦੇ ਮਲੰਗ ਬਾਣੀਏ ਸਾਨੂੰ ਜੰਗ ਹਰਣਾ ਨਾ ਚਾਹੀਆਂ, ਮਰਾੜਾ ਦੇ ਮਲੰਗ ਦੇ ਵਿੱਚ ਨੱਚਾਂ ਤੂੰ ਪਹਿਲਾਂ ਪਾਉਂਦਾ ਆ ਜਾ ਮਿੱਤਰਾ, ਬਣ ਮੋਰਨੀ ਬਾਗਾਂ ਦੇ ਵਿੱਚ ਨੱਚਾਂ। ਪੈੜੀ ਦੁਨੀਆਂ ਦੇ ਮੋੜ ਕੋਲੋਂ ਬੱਚਾ ਤੂੰ ਪਹਿਲਾਂ ਪਾਉਂਦਾ ਆ ਜਾ ਮਿੱਤਰਾ, ਬਣ ਮੋਰਨੀ ਬਾਗਾਂ ਦੇ ਵਿੱਚ ਨੱਚਾਂ। ਜੁੜਦੀ ਬਿਬਾਵੇ ਚੰਨ ਤਾਰਿਆਂ, ਹਾਏ ਵੇ ਚੰਨ ਤਾਰਿਆਂ ਦੇ ਨਾਲੋਂ ਵੱਧ ਜੱਚਾਂ, ਜੱਚਾਂ ਵੇ ਚੰਨ ਤਾਰਿਆਂ ਦੇ ਨਾਲੋਂ ਵੱਧ ਜੱਚਾਂ, ਤੂੰ ਪਹਿਲਾਂ ਪਾਉਂਦਾ ਜਾ ਮਿੱਤਰਾ, ਬਣ
मोरनी बागां दे विच नचा सावे प्यार कहानी कंजला पांदा नाले लाए दंदा सावे चमक प्यार दी हाए वे चमक प्यार दी रंगन विच रचा रचा वे चमक प्यार दी रंगन विच रचा तू पहला पांदा आजा मित्रा वन मोर नी बागा दे विच नचा ट्यून इन करो हर हफ्ते ते सारे गामा पंजाबी चैनल नू सब्सक्राइब करके नोटिफिकेशंस ऑन कर लो ता जो कोई एपिसोड मिस ना होवे। लगदा हो मुल लगदा हो मुल लगदा हो लगदा हो मुल लगदा हो मुल लगदा हो अजे तक ना चना दा कंडा पुलिया जिथे रांझे दे बुला चोहासा डुलिया है अजे तक ना चना दा कंडा पुलिया जिथे रांझे दे बुला चोहासा डुलिया अग लगी सी चना दे ठंडे नीर नू तेरा केड़ा मुल लगदा हो मुल लगदा हो मुल लगदा हो ਤੁਸੀਂ ਸੁਣ ਰਹੇ ਹੋ ਕਾਰਵਾਂ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ ਕੇ ਪੰਨਾ ਲਾਲ ਸਪੈਸ਼ਲ ਸ਼ੋਅ ਦੇ ਗੀਤਾਂ ਵਿੱਚ ਇੱਕ ਨਾਮ ਹੋਰ ਹੈ
जो अपने आप विच लोक गायकी दा एक युग सीगे। ओ जिन्हां ने अपनी साफ सुथरी गायकी नाल पंजाबी लोक गायकी दे बूटे नू सिरजिया, लोक गायकी विच तुंबी दी महक पाई। श्री लाल चंद यमला जट। सब तो जरूरी हुंदी है ओ पहली प्रेरणा, जो पता है इन्हां नू अपने घर तो ही मिली। ए अपने नाना जी कोल सारा दिन बैठ के उन्हां नू गाउंदे सुनदे रहंदे। इन्हां दी गायकी ते संगीत ते इन्हां दे नाना जी दा बहुत गहरा असर मिलदा है। अगे पेश हो रहे मोहम्मद सदीक ते सुरिंदर कौर जी दे गीत तों बाद यमला जी दे गीत नाल तुहानू छड के मैं इजाजत लवांगी। अज इन्ना ही, जल्द ही फेर मिलांगी पंजाबी संगीत दे किसे होर हिस्से नाल रूबरू करौन। तद तक रब राखा। तुसी सुन रहे हो कारवां क्लासिक रेडियो शो सारे गामा पंजाबी यूट्यूब चैनल ते खुशबू दे नाल। तक गोल गोल मुख लगी उमर आंदी भुख, तक गोल गोल मुख लगी उमर आंदी भुख, तेरा रूप वेख रह गया मैं दंगनी। नी तू सच्ची मुची चौदवी दा चांदनी, नी तू सच्ची मुची चौदवी दा चांदनी। लोनी तक तेरी तस्वीर तेनु लगदी मैं किन्नी कु प्यारी, हाय नी जिन्नी रांझणे नु हीर। मैं नी एन मुटियार तू नी सोना सरदार, मैनू पलकां च कर लै तू बंद वे, तेनु आईया के नहीं मैं पसंद वे, तेनु आईया के नहीं मैं पसंद वे। ओ तू भी दस सुपना जे कोई आया तू हस के भी कदे सी बुलाया, नहीं बेचना हो तू सी कवारी। तक लाल सूए बुल पौर भुल जांदे फुल वांग मोतियां दे चिट्टे चिट्टे दंदनी। नी तू सच्ची मुची चौदवी दा चांदनी, नी तू सच्ची मुची चौदवी दा चांदनी। रहे नैन तेरी दीद दे प्यासे, आए नी रही सानू भी उड़ी, हाय नी तेनु पी जा लाकेड़ी। तेरे प्यार दे सरूर तेरी हूर किती चूर, ते तू गबरू मैं पतली पतंग वे, तेनु आईया के नहीं मैं पसंद वे, तेनु आईया के नहीं मैं पसंद वे। वेले बैठ के बनाया रब तेनु, नावे कोई होर गल तो नार जुड़ गी से बब्बी सोनी मेनू, माई वे तू है चन मैं चको। तेरे नैना चो शराब पींदा रहू सदा लाव, विच कोल कोल तेरा गोरा रंग नी। नी तू सच्ची मुची चौदवी दा चांदनी, नी तू रब दी सौ चौदवी दा चांदनी। आई शगना दी रात होई पहली मुलाकात, गल पुछ दी नू लगे चना संग वे, तैनू आईया के नहीं मैं पसंद वे, तैनू आईया के नहीं मैं पसंद वे। ओ नी तू सच्ची मुची चौदवी दा चांदनी। बनावटी बन गई है, हर चीज बनावटी बन गई है। किसे छै बिच असली रात कोई नहीं, हर चीज बनावटी बन गई है, हर चीज बनावटी बन गई है। पुन लखा चो कोई करदा है पापां दी गिनती वध गई है, नहीं तो गिन के दसिया नहीं जांदा, हर पास ही हो हद गई है। त
संग कोड़ रब ने कीता है, संग कोड़ रब ने कीता है। बिन रोगो दिस दी नाच कोई नहीं, हर चीज बनाओ ती बन गई है, ओ हर चीज बनाओ ती बन गई है। कट दी दा पराया है मुन सुब दे दिल चो या दिल गया, हर मन च कदूरत वर गई है, इंसान अमानो बदल गया। असलियत किधरे लुक गई है, असलियत किधरे लुक गई है। जिस दी हुन पैंदी दस कोई नहीं, हर चीज बनावटी बन गई है, हर चीज बनावटी बन गई है। जिथे नूर कुदरती वसदा है ओके समझो रहे मत रब दी, जो चंगे कर्म कमांदा है ओसे नू जन्नत लभदी है। करनी कर यमला मिल जाएगा, करनी कर यमला मिल जाएगा। बिन कीते चलना बस कोई नहीं, हर चीज बनावटी बन गई है, ओ 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 हर। केहो जा लगा तुहानू ए शो कमेंट सेक्शन विच लिख के सानू जरूर दस्यो, ते एस एपिसोड नू अपने दोस्तां ते परिवार नाल जरूर शेयर करेओ। नीक मेरी अख काशनी, नीक मेरी अख काशनी, दूजा रात दे नींदरे ने मारिया, शीशे नू तरेड़ पै गई, बाल बौंदी ने ध्यान जदों मारिया। नीक मेरी अख काशनी।